ਸਤਿਕਾਰਯੋਗ ਮੈਂਬਰ ਸਾਹਿਬਾਨ, ਪ੍ਰਧਾਨਗੀ ਮੰਡਲ, ਸਭ ਨੂੰ ਅੱਜ ਇਸ ਪ੍ਰੋਗਰਾਮ 'ਚ ਆਉਣ 'ਚ ਜੀ ਆਇਆਂ, ਬਹੁਤ ਬਹੁਤ ਧੰਨਵਾਦ। ਬੜੀ ਖੁਸ਼ੀ ਦੀ ਗੱਲ ਪਿਆ, ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਪ੍ਰੋਗਰਾਮ ਜਿਹੜਾ ਜੋ ਸੁਣ ਰਹੇ। ਹੁਣ ਮੈਂ ਸਰਦਾਰ ਗੁਰਦਿਆਲ ਸਿੰਘ ਜੀ ਬਰਾੜ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਕਵਿਤਾ ਰੱਖਣ, ਔਰ ਨਾਲ ਹੀ ਬੁਲਾਰਿਆਂ ਨੂੰ ਬੇਨਤੀ ਹੈ ਕਿ ਥੋੜ੍ਹਾ ਜਿਹਾ ਸਮੇਂ ਦਾ ਵੀ ਧਿਆਨ ਰੱਖਿਆ ਜਾਵੇ, ਤਾਂ ਜੋ ਕਿ ਸਾਰੇ ਬੁਲਾਰੇ ਜਿਹੜੇ ਆ ਸਹੀ ਸਮੇਂ ਮੁਤਾਬਕ ਬੋਲ ਸਕਣ। ਸਾਹਿਬ ਗੁਰਦਿਆਲ ਸਿੰਘ ਜੀ ਬਰਾੜ।